ਕੈਨੇਡੀਆਨਾ ਦੀ ਔਸਤ ਉਮਰ ਕਿਉਂ ਘਟ ਗਈ? ਜਾਂ ਇਹ ਉਮਰ ਘਟੀ ਵੀ ਐ? ਅੰਕੜੇ ਕੀ ਕਹਿੰਦੇ ਨੇ? ਆਓ ਤੁਹਾਡੇ ਨਾਲ ਰੇਡੀਓ ਸੁਰ ਸੰਗਮ ਤੇ ਅਗਲੀ ਖਬਰ ਸਾਂਝੀ ਕਰਦੇ ਹਾਂ। ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਪਤਾ ਲੱਗਦਾ ਹੈ ਕਿ ਸਾਲ 2022 ਦੌਰਾਨ ਕੈਨੇਡੀਆਨਾ ਦੀ ਲਾਈਫ ਐਕਸਪੈਕਟੈਂਸੀ ਭਾਵ ਔਸਤ ਉਮਰ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਗਈ ਹੈ। 2019 ਦੇ ਅੰਕੜਿਆਂ ਦੀ ਗੱਲ ਕਰੀਏ ਤੱਕ ਕੈਨੇਡੀਅਨ ਲੋਕ ਔਸਤ 82.3 ਸਾਲ ਉਮਰ ਪੂਕਦੇ ਸੀ 2020 ਵਿੱਚ ਇਹ ਅੰਕੜਾ 81.75 ਸਾਲ ਰਹਿ ਗਿਆ ਜਦ ਕਿ ਸਾਲ 2022 ਦੌਰਾਨ ਇਹ ਹੀ ਔਸਤ ਉਮਰ ਪੂਰਾ 1 ਸਾਲ ਘਟ ਕੇ 81.3 ਸਾਲ ਰਹਿ ਗਈ ਇੱਕ ਸਾਲ ਘਟੀ ਇਸ ਔਸਤ ਉਮਰ ਦੇ ਪਿੱਛੇ ਕੀ ਕਾਰਨ ਨੇ ਉਹ ਦੱਸੇ ਗਏ ਨੇ ਸਟੈਟਿਸਟਿਕਸ ਕੈਨੇਡਾ ਵੱਲੋਂ ਰਿਪੋਰਟ ਵਿੱਚ ਦੱਸਿਆ ਗਿਆ ਕਿ ਔਸਤ ਉਮਰ ਉਦੋਂ ਘਟਦੀ ਹੈ ਜਦੋਂ ਮੌਤਾਂ ਜ਼ਿਆਦਾ ਹੋਣ ਤੇ ਥੋੜੀ ਉਮਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੋਵੇ। ਰਿਪੋਰਟ ਵਿੱਚ ਇਹ ਵੀ ਪਤਾ ਲੱਗਾ ਕਿ ਜ਼ਿਆਦਾਤਰ ਮੌਤਾਂ ਦਾ ਕਾਰਨ ਕੋਵਿਡ ਮਹਾਮਾਰੀ ਹੈ ਤੇ ਇਹ ਔਸਤ ਉਮਰ ਉਹਨਾਂ ਸਾਲਾਂ ਵਿੱਚ ਹੀ ਘਟੀ ਹੈ ਜਦੋਂ ਕੋਵਿਡ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ ਵਿੱਚ جاری ਸੀ ਤੇ ਕੈਨੇਡਾ ਵੀ ਇਸ ਤੋਂ ਵਾਂਝਾ ਨਹੀਂ ਰਿਹਾ। 2022 ਵਿੱਚ ਕੋਵਿਡ ਦੇ ਸਾਹਮਣੇ ਆਉਣ ਤੋਂ ਬਾਅਦ ਐਕਸੀਡੈਂਟ ਤੇ ਹੋਰ ਸੱਟਾਂ ਫੇਟਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਟੱਪ ਕੇ ਕੋਵਿਡ-19 ਕੈਨੇਡੀਅਨਾਂ ਵਾਸਤੇ ਮੌਤ ਦਾ ਤੀਸਰਾ ਵੱਡਾ ਕਾਰਨ ਬਣ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਕੈਂਸਰ ਹੈ। ਦੂਸਰਾ ਵੱਡਾ ਕਾਰਨ ਦਿਲ ਦੇ ਰੋਗ ਨੇ। ਇਹ ਦੋਵੇਂ ਰਲ ਕੇ 41% ਮੌਤਾਂ ਦਾ ਕਾਰਨ ਬਣਦੇ ਨੇ। ਜਵਾਨ ਲੋਕਾਂ ਦੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਮੈਡੀਕਲ ਰਿਪੋਰਟ ਮੁਤਾਬਕ ਆਤਮਹੱਤਿਆ ਹੈ। ਕਤਲ ਅਤੇ ਨਸ਼ਿਆਂ ਨਾਲ ਹੋਈਆਂ ਮੌਤਾਂ ਦੱਸਿਆ ਜਾਂਦਾ ਹੈ ਜੇ 2022 ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੋਵਿਡ-19 ਨਾਲ 19700 ਕੈਨੇਡੀਅਨਾਂ ਦੀ ਮੌਤ ਹੋਈ ਇਨ੍ਹਾਂ ਮੌਤਾਂ ਵਿੱਚ 65 ਸਾਲ ਤੋਂ ਵੱਧ ਉਮਰ ਵਾਲੇ 91 ਫੀਸਦੀ ਵਿਅਕਤੀ ਸਨ